ਮੈਨੂੰ ਬੜੀ ਹੈਰਾਨੀ ਹੈ ਕਿ ਜਿਸ ਐਮਐਲਏ ਦੇ ਉੱਤੇ ਸਾਰੇ ਜਿਹੜੇ ਸੈਂਡ ਮਾਫੀਆ ਦੇ ਜਾਲੀ ਸ਼ਰਾਬ ਵਿਕਾਉਣ ਦੇ ਜਰਾਲੀ ਸ਼ਰਾਬ ਦੀਆਂ ਫੈਕਟਰੀਆਂ ਦੇ ਦੋਸ਼ ਲੱਗਦੇ ਰਹੇ ਔਰ ਜਿਨ੍ਹਾਂ ਦੇ ਬਾਰੇ 'ਚ ਸਿੱਧੂ ਸਾਹਿਬ ਖੁਦ ਕਹਿੰਦੇ ਰਹੇ ਆ ਕਿ ਮੈਂ ਮਾਫੀਏ ਦੇ ਡਟ ਕੇ ਖਿਲਾਫ ਹਾਂ, ਮਾਫੀਆ ਐਕਸਪੋਜ਼ ਹੋਣਾ ਚਾਹੀਦਾ। ਕੱਲ ਮਦਨ ਲਾਲ ਜਲਾਲਪੁਰ ਨੂੰ ਉਹਦੇ ਘਰ ਜਾ ਕੇ ਸਿੱਧੂ ਸਾਹਿਬ ਨੇ ਸਪੋਰਟ ਦਿੱਤੀ ਹੈ, ਇਹ ਕਹਿ ਕੇ ਕਿ ਮੇਰੇ ਪਹਿਲੇ ਉਮੀਦਵਾਰ ਜਿਹੜੇ ਹੋਣਗੇ ਉਹ ਮਦਨ ਲਾਲ ਜਲਾਲਪੁਰ। ਸਿੱਧੂ ਸਾਹਿਬ, ਸਾਡੀ ਗੱਲ ਛੱਡੋ, ਆਪਣੀ ਗੱਲ ਛੱਡੋ। ਥੋੜੇ ਦਿਨ ਪਹਿਲਾਂ ਤੁਹਾਡੀ ਕਾਂਗਰਸ ਦੇ ਸਾਰੇ ਉਸੇ ਹਲਕੇ ਦੇ ਆਗੂਆਂ ਤੇ ਵਰਕਰਾਂ ਨੇ ਏਡੀ ਵੱਡੀ ਮੀਟਿੰਗ ਕਰਕੇ ਦੋਸ਼ ਲਾਏ ਸੀ ਕਿ ਸਾਡਾ ਐਮਐਲਏ ਜਿਹੜਾ ਕਰਪਟ ਹੈ, ਸਾਡਾ ਐਮਐਲਏ ਸੈਂਡ ਮਾਫੀਆ ਨਾਲ ਰਲਿਆ, ਸਾਡਾ ਐਮਐਲਏ ਸ਼ਰਾਬ ਪਕਾਉਂਦਾ। ਜੇ ਤੁਸੀਂ ਠੀਕ ਕਹਿੰਦੇ ਹੋ ਤੇ ਤੁਸੀਂ ਆਪਣੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਕੀ ਐਕਸ਼ਨ ਲਿਆ? ਅਹੁਦਿਆਂ ਦੇ ਨਾਲ ਕਿਸ ਤਰੀਕੇ ਚਿਹਰੇ ਬਦਲਦੇ ਆ, ਇਹ ਪੰਜਾਬ ਦੀ ਜਨਤਾ ਦੇ ਸਾਹਮਣੇ ਸਾਰੀ ਸੱਚਾਈ ਆ। ਤੁਹਾਡਾ ਅਸਲੀ ਫੇਸ ਜਿਹੜਾ ਉਹ ਐਕਸਪੋਜ਼ ਹੋ ਗਿਆ, ਜਨਤਾ ਤੁਹਾਨੂੰ ਸਮਾਂ ਆਉਣ ਤੇ ਇਹਨਾਂ ਗੱਲਾਂ ਦਾ ਜਵਾਬ ਦੇਗੀ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ।